ਜਦੋਂ ਵੀ ਕੈਨੇਡਾ ਕੋਈ ਕੰਸਲਟੈਂਟ ਭੇਜਦਾ ਸੀਗਾ ਇੱਕੋ ਚੀਜ਼ ਕਹਿੰਦਾ ਸੀਗਾ ਕਿ ਮੇਨ ਐਪਲੀਕੈਂਟ ਦਾ ਵੀਜ਼ਾ ਪਹਿਲਾਂ ਲਵਾਉਂਗਾ ਸਪਾਊਸ ਆਏਗਾ 6 ਮਹੀਨੇ ਬਾਅਦ 11 ਰਿਫਿਊਜ਼ਲ ਵਾਲੇ ਬੱਚੇ ਦੀ ਗੱਲ ਕੀਤੀ ਸੀ ਜੀ ਅੱਜ ਇਹਦਾ ਵੀਜ਼ਾ ਲੱਗ ਚੁੱਕਾ ਔਰ ਸਾਰੀ ਫੀਸ ਦੇ ਰਿਹਾ ਬੱਚਾ ਵੀਜ਼ਾ ਲੱਗਣ ਤੋਂ ਬਾਅਦ ਜਿਹੜੇ ਐਪਲੀਕੈਂਟ ਸਪਾਊਸ ਵੀਜ਼ਾ ਤੇ ਜਾਣਾ ਚਾਹੁੰਦੇ ਆ ਯੂਕੇ ਲਾਸਟ ਇਨਟੇਕ ਸਪਟੰਬਰ ਇਨਟੇਕ ਐਪ ਯੂਐਸ ਦੇ ਵੀ ਵੀਜ਼ਾ ਲੱਗਣੇ ਸ਼ੁਰੂ ਹੋ ਚੁੱਕੇ ਆ ਹੋਮ ਗਲੋਬਲ ਸੈਮੀਨਾਰ ਕਰਨ ਜਾ ਰਿਹਾ ਮੌਕੇ ਤੇ ਆਫਰ ਲੈਟਰ ਹਾਸਲ ਕਰ ਸਕਦੇ ਹੋ ਵਿਦਿਨ 1 ਵੀਕ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਪਹੁੰਚਾਵਾਂਗੇ ਐਸੇ ਉਦੋਂ ਦੋਨੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਏਗਾ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੇਰੇ ਤੇ ਟੀਮ ਹੋਮ ਗਲੋਬਲ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਦਿਨ ਦਾ ਇੰਤਜ਼ਾਰ ਸੀਗਾ ਜੋ ਦਿਨ ਆ ਚੁੱਕਾ ਪਾਸਪੋਰਟ ਰਿਕੁਐਸਟ ਲੈਟਰ ਆਏ ਸੀਗੇ ਸਟੈਂਪ ਕਰਨ ਲਈ ਭੇਜੇ ਸੀਗੇ ਔਰ ਉਹ ਵੀਜ਼ਾ ਸਟੈਂਪ ਹੋ ਕੇ ਆ ਗਿਆ ਸੋ ਬੜੇ ਦੇਰ ਤੋਂ ਐਡ ਚੱਲ ਰਹੀ ਸੀਗੀ ਸਾਡੀ ਸਪਾਊਸ ਵੀਜ਼ਾ ਕੈਨੇਡਾ ਵੀਡੀਓ ਵੀ ਦਿਖਾਈ ਸੀ ਬੱਚੇ ਦੇ ਨਾਲ ਹੋਰ ਵੀਜ਼ਾ ਆ ਚੁੱਕੇ ਆ ਸੋ ਉਹ ਵੀਜ਼ਾ ਦਾ ਅੱਜ ਲਾਈਵ ਸ਼ੇਅਰ ਕਰਨਾ ਚਾਹੂੰਗਾ ਤੁਹਾਡੇ ਨਾਲ ਸਪਾਊਸ ਵੀਜ਼ਾ ਕੈਨੇਡਾ ਜਦੋਂ ਵੀ ਕੈਨੇਡਾ ਕੋਈ ਕੰਸਲਟੈਂਟ ਭੇਜਦਾ ਸੀਗਾ ਇੱਕੋ ਚੀਜ਼ ਕਹਿੰਦਾ ਸੀਗਾ ਕਿ ਮੇਨ ਐਪਲੀਕੈਂਟ ਦਾ ਵੀਜ਼ਾ ਪਹਿਲਾਂ ਲਵਾਉਂਗਾ ਸਪਾਊਸ ਆਏਗਾ 6 ਮਹੀਨੇ ਬਾਅਦ ਪਰ ਹੋਮ ਗਲੋਬਲ ਕੋਲੋਂ ਸਪਾਊਸ ਵੀਜ਼ਾ ਕੈਨੇਡਾ ਲਵਾਓਗੇ ਸੇਮ ਡੇ ਸੇਮ ਫਲਾਈਟ 'ਚ ਟਰੈਵਲ ਕਰਾਵਾਂਗੇ ਜੀ ਸੋ ਸਪਾਊਸ ਵੀਜ਼ਾ ਕੈਨੇਡਾ ਲੱਗ ਚੁੱਕੇ ਆ ਦੇਖ ਸਕਦੇ ਹੋ ਜੀ ਰੀਸੈਂਟ ਵੀਜ਼ਾਸ ਇੱਕ ਹੋਰ ਸਪਾਊਸ ਵੀਜ਼ਾ ਕੈਨੇਡਾ ਜਿਹੜੇ ਵੀ ਐਪਲੀਕੈਂਟ +2 ਬੇਸਡ ਹੈ ਆਸਟ੍ਰੇਲੀਆ ਜਾਂਦੇ ਹੋ ਗ੍ਰੈਜੂਏਸ਼ਨ ਦੋਵਾਂ 'ਚ ਮੰਗੀ ਜਾਂਦੀ ਹੈ ਯੂਕੇ 'ਚ ਅਪਲਾਈ ਕਰਦੇ ਹੋ ਉਹ ਕਹਿੰਦੇ ਜੀ ਮੇਨ ਐਪਲੀਕੈਂਟ ਗ੍ਰੈਜੂਏਟ ਹੋਣਾ ਚਾਹੀਦਾ ਬਟ ਜਿਹੜੇ ਐਪਲੀਕੈਂਟ +2 ਹੈ ਵਿਆਹੇ ਹੋਏ ਆ ਨਾਲ ਜਾਣਾ ਚਾਹੁੰਦੇ ਆ ਕਿਸੇ ਦੇਸ਼ ਦੇ ਵਿੱਚ ਸੋ ਕੈਨੇਡਾ ਐਸੀ ਕੰਟਰੀ ਹੈ ਜਿਸ 'ਚ +2 ਬੇਸ 'ਤੇ ਸਪਾਊਸ ਵੀਜ਼ਾ ਹਾਸਲ ਕਰ ਸਕਦੇ ਹਾਂ ਜੀ ਇਸ ਤੋਂ ਇਲਾਵਾ ਰਿਫਿਊਜ਼ ਐਪਲੀਕੇਸ਼ਨ ਕਾਫੀਆਂ ਸੀਗੀਆਂ ਜਿਹੜੇ ਬੱਚੇ ਰਿਫਿਊਜ਼ ਹੋ ਗਏ ਸੀਗੇ ਸੋ ਨਵਪ੍ਰੀਤ ਸਿੰਘ 6 ਵਾਰ ਰਿਫਿਊਜ਼ ਸੀਗਾ ਬੱਚਾ ਅੱਜ ਇਹਦਾ ਵੀਜ਼ਾ ਲੱਗ ਚੁੱਕਾ ਸੋ ਵੀਜ਼ਾ ਹਾਸਲ ਕਰ ਲਿਆ ਜੀ 6 ਰਿਫਿਊਜ਼ਲਸ ਤੋਂ ਬਾਅਦ ਇਸ ਤੋਂ ਇਲਾਵਾ 8 ਰਿਫਿਊਜ਼ਲ ਵਾਲੇ ਬੱਚੇ ਦੀ ਗੱਲ ਕੀਤੀ ਸੀ ਜੀ ਪਲਵਿੰਦਰ ਸਿੰਘ 8 ਰਿਫਿਊਜ਼ਲਾਂ ਤੋਂ ਬਾਅਦ ਬੱਚੇ ਦਾ ਵੀਜ਼ਾ ਲੱਗ ਚੁੱਕਾ ਜੀ ਮੁਬਾਰਕਾਂ ਔਰ ਸਭ ਤੋਂ ਇੰਟਰਸਟਿਡ ਲਾਸਟ 1 ਵਰਿਆਮ ਸਿੰਘ 11 ਰਿਫਿਊਜ਼ਲ ਵਾਲੇ ਬੱਚੇ ਦੀ ਗੱਲ ਕੀਤੀ ਸੀ ਜੀ ਬੱਚੇ ਨੇ 4.5 ਲੱਖ ਰੁਪਇਆ ਬਰਬਾਦ ਕਰ ਲਿਆ ਸੀਗਾ ਔਰ ਇਹ ਬੱਚਾ 6 ਮਹੀਨੇ ਦੀ ਫੀਸ ਭਰ ਕੇ ਕੈਨੇਡਾ ਦਾ ਵੀਜ਼ਾ ਲੈ ਚੁੱਕਾ ਜੀ ਔਰ ਇਹ ਫੀਸ ਬੱਚੇ ਨੇ ਉਦੋਂ ਦੇਣੀ ਹੈ ਜਦੋਂ ਬੱਚੇ ਦਾ ਵੀਜ਼ਾ ਲੱਗ ਚੁੱਕਾ ਹੁਣ ਇਹਦਾ ਵੀਜ਼ਾ ਲੈ ਲਿਆ ਬੱਚਾ 6 ਮਹੀਨੇ ਦੀ ਫੀਸ ਭਰ ਕੇ ਕੈਨੇਡਾ ਜਾਏਗਾ ਔਰ ਸਾਰੀ ਫੀਸ ਦੇ ਰਿਹਾ ਬੱਚਾ ਵੀਜ਼ਾ ਲੱਗਣ ਤੋਂ ਬਾਅਦ ਇਹ ਹੈ ਜੀ ਕੈਨੇਡਾ ਦੇ ਰੀਸੈਂਟ ਵੀਜ਼ਾ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜਿਹੜੇ ਐਪਲੀਕੈਂਟ ਸਪਾਊਸ ਵੀਜ਼ਾ ਤੇ ਜਾਣਾ ਚਾਹੁੰਦੇ ਆ ਯੂਕੇ ਲਾਸਟ ਇਨਟੇਕ ਸਪਟੰਬਰ ਇਨਟੇਕ ਐਪਲੀਕੇਸ਼ਨਸ ਬੱਚਾ ਕਰ ਸਕਦਾ ਜੀ ਸਪਾਊਸ ਵੀਜ਼ਾ ਯੂਕੇ ਦੇ ਵੀ ਲੱਗ ਚੁੱਕੇ ਆ ਸੋ ਜਿਹੜੇ ਵਿਦਿਆਰਥੀ ਸਪਾਊਸ ਵੀਜ਼ਾ ਤੇ ਜਾਣਾ ਚਾਹੁੰਦੇ ਆ ਯੂਕੇ 'ਚ ਉਹ ਵੀ ਐਪਲੀਕੈਂਟ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਆ ਜੀ ਸਪਾਊਸ ਵੀਜ਼ਾਸ ਇਸ ਤੋਂ ਇਲਾਵਾ ਸਿੰਗਲ ਐਪਲੀਕੇਸ਼ਨ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਹਜੇ ਵੀ ਯੂਕੇ ਦੇ ਵਿੱਚ ਸੀਟਸ ਅਵੇਲੇਬਲ ਹੈ ਚਾਹੇ ਤੁਹਾਡਾ ਪੀਟੀ ਸਕੋਰ 59 ਓਵਰਆਲ 59 ਈਚ ਨਹੀਂ ਵੀ ਹੈ 55 ਓਵਰਆਲ ਨੋਟ ਲੈਸ ਦੈਨ 51 ਵੀ ਹੈ ਹੋਮ ਗਲੋਬਲ ਦੇ ਕੋਲ ਆਪਸ਼ਨਸ ਹੈਗੀਆਂ ਸਪਟੰਬਰ ਇਨਟੇਕ 'ਚ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਨ ਦੀ ਔਰ ਜਦੋਂ ਗੱਲ ਕਰਦੇ ਹਾਂ ਵੀਜ਼ਾ ਦੀ USA ਕਦੀ ਵੀ ਨਹੀਂ ਪਿੱਛੇ ਰਹਿੰਦਾ ਸੋ US ਦੇ ਵੀ ਵੀਜ਼ਾ ਲੱਗਣੇ ਸ਼ੁਰੂ ਹੋ ਚੁੱਕੇ ਆ ਜੇਕਰ ਤੁਸੀਂ 47,500 ਰੁਪਏ ਦੇ ਵਿੱਚ USA ਦਾ ਵੀਜ਼ਾ ਹਾਸਲ ਕਰਨਾ ਚਾਹੁੰਦੇ ਆ ਤਾਂ ਹੋਮ ਗਲੋਬਲ ਤੁਹਾਨੂੰ ਲਵਾ ਕੇ ਦੇਗਾ USA ਵੀਜ਼ਾ 47,500 ਦੇ ਵਿੱਚ ਸੋ ਇਹ ਸਾਰੇ ਵੀਜ਼ਾ ਦੇ ਨਾਲ ਕਾਫੀ ਸਪਾਊਸ ਵੀਜ਼ਾ ਕਾਫੀ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲਏ ਔਰ 6 ਮਹੀਨੇ ਦੀ ਫੀਸ ਭਰ ਕੇ ਵੀਜ਼ਾ ਲਏ ਆ ਹੋਮ ਗਲੋਬਲ ਸੈਮੀਨਾਰ ਕਰਨ ਜਾ ਰਿਹਾ ਜੋ ਕਿ 16 ਤਰੀਕ ਚੰਡੀਗੜ੍ਹ 17 ਤਰੀਕ ਬਠਿੰਡਾ 19 ਤਰੀਕ ਜਲੰਧਰ ਤੇ 20 ਤਰੀਕ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਿਹਾ ਜਿਸ ਵਿੱਚ ਸਟੂਡੈਂਟ ਸਿੰਗਲ ਵੀ ਜਾਣਾ ਚਾਹੁੰਦੇ ਆ ਉਹ ਵੀ ਆ ਸਕਦੇ ਆ ਸਪਾਊਸ ਨਾਲ ਜਾਣਾ ਚਾਹੁੰਦੇ ਉਹ ਵੀ ਆ ਸਕਦੇ ਆ ਖਾਸੀਅਤ ਰਹੇਗੀ ਜਿਹੜੀ ਸੈਮੀਨਾਰ ਦੀ ਜਿਸ ਵਿੱਚ ਕੀ ਰਹੇਗਾ ਕਿ ਸਟੂਡੈਂਟ ਕਾਲਜ ਦੇ ਨੁਮਾਇੰਦਿਆਂ ਨੂੰ ਆਪਦੇ ਸ਼ਹਿਰਾਂ ਦੇ ਵਿੱਚ ਮਿਲ ਸਕਦੇ ਹੋਮ ਗਲੋਬਲ ਦੀ ਬ੍ਰਾਂਚਿਸ ਦੇ ਵਿੱਚ ਮਿਲ ਸਕਦੇ ਆ ਮੌਕੇ ਤੇ ਆਫਰ ਲੈਟਰ ਹਾਸਲ ਕਰ ਸਕਦੇ ਆ ਜੀ ਹਾਂ ਦੋਸਤੋ ਸਹੀ ਸੁਣ ਰਹੇ ਹੋ ਮੌਕੇ ਤੇ ਆਫਰ ਲੈਟਰ ਹਾਸਲ ਕਰ ਸਕਦੇ ਹੋ ਔਰ ਸੇਮ ਟਾਈਮ ਆਫਰ ਲੈਟਰ ਹਾਸਲ ਕਰਕੇ ਵਿਦਇਨ 1 ਵੀਕ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਪਹੁੰਚਾਵਾਂਗੇ 6 ਮਹੀਨੇ ਦੀ ਫੀਸ ਭਰ ਕੇ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਪੈਸੇ ਉਦੋਂ ਦੇਣੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਏਗਾ ਅਗੇਨ ਰਿਪੀਟ ਕਰੂੰਗਾ ਪੈਸੇ ਉਦੋਂ ਦੇਣੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਏਗਾ ਵਧੇਰੇ ਜਾਣਕਾਰੀ ਤਾਂ ਸੈਮੀਨਾਰ ਦੀ ਅਪਾਇੰਟਮੈਂਟ ਲਈ ਕਾਲ ਕਰ ਸਕਦੇ ਹੋ 91161 91167 ਅੱਜ ਦੇ ਲਈ ਧੰਨਵਾਦ